ਜੁੜਦੇ ਨਹੀਂ ਸੀ, ਕਹਿੰਦੇ ਅੱਜ ਦੁਨੀਆਂ ਦਾ ਆਖਰੀ ਦਿਨ ਹੈ। ਮੈਂ ਉਹੀ ਹੁਣ ਪੁੱਛਣ ਲੱਗਿਆ ਜੀ, ਖਬਰਾਂ ਨਾਲ ਹੀ ਗੱਲ ਕਰਨੀ ਮੈਂ ਤਾਂ ਭਾਵੇਂ ਜਿਹੜਾ ਖਾਤੇ 'ਚ ਸੀਗਾ 5-4 ਹਜ਼ਾਰ ਕੱਲ੍ਹ ਫੂਕਤਾ, ਮੈਂ ਕੱਲ੍ਹ ਨੂੰ ਬੜਾ ਰਹਿਣਾ ਹੈਗਾ, ਮੈਂ ਤਾਂ ਧਾਰ ਵੀ ਚੱਕੀ ਫਿਰਦਾ, ਮੈਂ ਤਾਂ ਭਾਵੇਂ ਕੱਲ੍ਹ ਧਾਰ ਖਾਣ ਪੀਣ ਨੂੰ ਸਭ ਬੇਧਾਰ ਕਰਿਆ, ਬਹੁਵਾਂ ਅੰਡੇ ਦੀਆਂ ਟਰੇਨ ਟਰੇਨ ਖਾ ਕੇ ਭਾਵੇਂ ਟੱਟੀਆਂ ਲੱਗੀਆਂ ਪਈਆਂ ਨੇ ਇੱਥੇ। ਮੈਂ ਖਬਰਾਂ, ਹੈਲੋ, ਫੋਨ ਮਿਲ ਗਿਆ ਮੈਮ। ਹਾਂਜੀ ਹਾਂਜੀ, ਮੈਂ ਹੀ ਬੋਲ ਰਿਹਾ ਮੈਮ। ਨਹੀਂ, ਹਿੰਦੀ ਮੈਂ ਕਰ ਲਿੱਤਾ ਹੂੰ ਬਾਤ। ਨਹੀਂ, ਤੁਸੀਂ ਤਾਂ ਕਹਿੰਦੇ ਸੀ ਜੀ ਮਰਾਂਗੇ, ਚਲੋ ਹਿੰਦੀ 'ਚ ਆ ਜਾਂਦਾ ਮੈਮ। ਮੈਨੇ ਨਾ ਆਜ ਤੱਕ ਜੈਸਾ ਘਟੀਆ ਚੈਨਲ ਹੀ ਨਹੀਂ ਦੇਖਾ, ਫੁੱਦੂ ਚੈਨਲ। ਨਹੀਂ ਨਹੀਂ, ਮੈਂ ਤੁਹਾਡੇ ਚੈਨਲ ਦਾ ਨਾਂ ਨਹੀਂ ਲੈ ਰਿਹਾ, ਮੈਂ ਵੈਸੇ ਕਹਿ ਰਿਹਾ ਵੀ ਮੈਂ ਅੱਜ ਤੱਕ ਇਹੋ ਜਿਹਾ ਹਾਂ ਪੰਜਾਬੀ 'ਚ ਨੂੰ ਆਈ ਹਾਂ, ਉਹ ਹਿੰਦੀ 'ਚ ਤੁਹਾਡੇ ਚੈਨਲ ਦਾ ਨਾਮ ਬਣ ਰਿਹਾ, ਮੈਂ ਉਹਦੇ ਲਈ ਮਾਫ਼ੀ ਚਾਹੁੰਦਾ। ਹੋਰ ਯਾਰ, ਕੀ ਤੁਸੀਂ ਤਾਂ ਕਹਿੰਦੇ ਦੁਨੀਆ ਮਰਨ ਵਾਲੀ ਆ ਯਾਰ, ਅਸੀਂ ਤਾਂ ਇੱਥੇ ਰਾਤ ਡੀਜੇ ਡੂਜੇ ਮੇਰੇ ਤਾਂ ਸਿਰ ਕਰਜ਼ਾ ਹੋਰ ਚੜਾ ਗਿਆ ਯਾਰ, ਮਤਲਬ ਗੈਟ ਲੋਸ ਮੈਮ, ਗੋਡ ਬਲਾਸਟ ਯੂ। ਆਹ ਦੁਨੀਆ ਐਂਡ ਹੋਣ ਵਾਲੀ ਖਬਰ ਕੀ ਆਈ, ਮੈਂ ਇਸ ਤੋਂ ਬਾਅਦ ਸਵੇਰੇ ਹੋਰ ਖਬਰ ਆਈ, ਘਰ ਦੇ ਫੋਨ ਕਰਕੇ ਕਹਿੰਦੇ ਵੀ ਐਂ ਕਰਕੇ ਅੱਜ ਬੇਟੇ ਬਾਹਰ ਨਾ ਨਿਕਲੀ। ਮੈਂ ਤਾਂ ਫੋਨ 'ਤੇ ਵੀ ਨਹੀਂ ਤਾਂ ਆਇਆ ਸੁਣਿਆ ਸੁਣ ਚੈਡ ਇਸ ਕਹਿੰਦੇ ਉਹ ਬਾਹਰ ਨਾ ਨਿਕਲੀ, ਬਾਹਰ ਗ੍ਰਹਿਣ ਲੱਗਿਆ। ਮੈਂ ਕਿਹਾ ਵੀ ਤੁਸੀਂ ਤਾਂ ਮੈਨੂੰ ਹੀ ਕਹੀ ਗਏ ਵੀ ਤੂੰ 25 ਸਾਲ ਹੋ ਗਏ ਘਰ ਨੂੰ ਗ੍ਰਹਿਣ ਲੱਗਿਆ, ਮੈਂ ਤਾਂ ਅੱਜ ਪਤਾ ਲੱਗਿਆ ਵੀ ਇਹ ਗ੍ਰਹਿਣ। ਅੱਛਾ, ਗ੍ਰਹਿਣ ਪਤਾ ਹੀ ਨਹੀਂ ਕਿੱਥੋਂ ਆਇਆ, ਆਉਂਦੇ ਨੇ ਕੌਣ ਨੇ, ਕਿਵੇਂ ਆਉਂਦੇ ਨੇ, ਪਿਕਨਿਕ 'ਤੇ ਆਉਂਦੇ ਨੇ ਜਾਂ ਪੱਕੇ ਟਰੈਵਲਿਜ਼ਮ ਵਾਲੇ ਨੇ ਜਾਂ ਟਰੈਕਿੰਗ ਕਰਦੇ ਆ ਜਾਂਦੇ ਨੇ ਗ੍ਰਹਿਣ ਜਿਹੜੇ ਲੈ ਕੇ ਆਉਂਦੇ ਨੇ। ਮਤਲਬ ਇਹ ਕਹਿੰਦੇ ਹੁੰਦੇ ਸੂਰਜ ਗ੍ਰਹਿਣ 500 ਸਾਲ 400 ਸਾਲ 800 ਸਾਲ ਬਾਅਦ ਲੱਗਦਾ। ਆਪਦੀ ਜ਼ਿੰਦਗੀ 'ਚ 5-6 ਗ੍ਰਹਿਣ ਤਾਂ ਮੈਂ ਲੱਗੇ ਤੇ ਦੇਖ ਲਏ, ਮਤਲਬ ਇਹ ਜੋਤਸ਼ੀਆਂ ਦੀ ਬਾਲਾ ਯਾਰ, ਸੂਰਜ ਲੱਗ ਗਿਆ ਯਾਰ। ਅਸੀਂ ਤਾਂ ਅੱਜ ਤੱਕ ਸਾਡੇ ਘਰ ਦੇ ਸਾਨੂੰ ਹੀ ਗ੍ਰਹਿਣ ਕਹਿ ਰਹੇ ਨੇ, ਅਸੀਂ ਕਰੀਏ, ਇਹਦਾ ਤਾਂ ਹੱਲ ਦੱਸ ਦਿਓ। ਉੱਪਰ ਦੀ ਇੰਨੀਆਂ ਝੂਟੀਆਂ ਯਾਰ, ਆਹ ਦੇਖ ਲਓ, ਮਤਲਬ ਦੁਨੀਆਂ ਦੇ ਅੰਤ ਵਾਲੀ ਕੀ ਖਬਰ ਹੈ ਯਾਰ। ਇੱਧਰ ਮੇਰੇ ਅਰਕੇ ਘੋਲੀਆਂ ਨੇ ਕੱਲ੍ਹ ਬੋਤਲਾਂ ਵੀ ਨਹੀਂ ਭਰ ਕੇ ਪਾਣੀ ਨੇ ਲਏ, ਮੈਂ ਚੱਲ ਤੜਕੇ ਕਿਹੜਾ ਕਿਸੇ ਨੇ, ਮੈਂ ਐਵੇਂ ਫਰਿੱਜ 'ਚ ਪੀਆਂ ਜੰਮ ਜਾਣਗੀਆਂ। ਉੱਪਰ ਦੀ ਮਤਲਬ ਮੈਂ ਯਾਰ, ਇਹਨਾਂ ਦੀ ਕ੍ਰੀਏਟਿਵਿਟੀ ਲੋਕਾਂ ਦੀ ਇੰਨੀ ਗਾਂ ਲੰਘ ਗਈ, ਗ੍ਰਹਿਣ ਲੱਗ ਗਿਆ, ਚੱਲ ਅੱਡ ਘਰਦਿਆਂ ਨੇ ਅਵੇਅਰ ਕੀਤਾ, ਸਾਰਿਆਂ ਨੇ ਨਹੀਂ ਕੀਤਾ ਹੋਊਗਾ। ਇੱਕ ਭੱਦਰ ਪੁਰਸ਼ ਦਾ ਮੈਸੇਜ ਆਇਆ ਕਹਿੰਦਾ ਹੈਪੀ ਸੂਰਜ ਗ੍ਰਹਿਣ ਦੇ ਡੁੱਬ ਜੋਏ ਭੈਣ ਮੇਰੇ ਲੋਕੋ। ਮੈਂ ਕਿਹਾ ਮੈਂ ਉਹਨੂੰ ਥੱਲੇ ਹੱਥ ਜੋੜਦੇ, ਮੈਂ ਕਿਹਾ ਸ਼ੁਕਰਾ ਹੁਣ ਐਂ ਕਰਕੇ ਇਹਦੇ ਥੱਲੇ ਇਹ ਨਾ ਲਿਖਦੀ ਵੀ ਇਹ ਚੇਨ ਚੱਲੀ ਆ ਰਹੀ ਹੈ ਸੂਰਜ ਵੱਲੋਂ। 3:00 ਯਾਰ, ਅਜੇ ਤੱਕ ਦੁਨੀਆ ਖਤਮ ਨਹੀਂ ਹੋਈ। ਉੱਧਰੋਂ ਉੱਪਰ ਦੀ ਆ ਗਿਆ ਸਾਰਾ ਰੌਲਾ ਜਿਹੜਾ ਆਪਣਾ ਚੱਲੀ ਜਾਂਦਾ, ਚੱਲ ਦੇਸ਼ਾਂ ਦੀਆਂ ਲੜਾਈਆਂ ਚੱਲੀ ਜਾਂਦੇ ਨੇ, ਉਹ 'ਚ ਕਹਿੰਦੇ ਚੀਨ ਦਾ ਮਤਲਬ ਆਪਾਂ ਚੀਨ ਨਾਲ ਜਮਾਂ ਹੀ ਬਾਈਕਾਟ ਹੀ ਕਰਨਾ ਹੈ ਵੀ ਸਾਡੇ ਕਿਹੜਾ ਉੱਥੇ ਫੇਰ ਚੱਲਦੇ ਨੇ, ਤੁਹਾਡੇ ਤੁਸੀਂ ਕਰਨਾ ਬਾਈਕਾਟ ਕਰ ਦਿਓ, ਤੁਸੀਂ ਮੰਗਾਉਂਦੇ ਹੋ ਸਮਾਨ, ਅਸੀਂ ਤਾਂ ਕੁਝ ਮੰਗਾਉਂਦੇ ਨਹੀਂ, ਸਾਨੂੰ ਤਾਂ ਜਿਹੜਾ ਤੁਰੇ ਮਿਲਦਾ ਵੀ ਯਾਰ, ਸਾਡੇ ਤਾਂ ਭਾਵੇਂ ਬਰਨਾਲੇ ਜਾਣ ਦੇ ਪੈਸੇ ਮਸਾਂਦੇ ਸੀ ਚੀਨੋਂ ਕਿਤੇ। ਹੁਣ ਇੱਕ ਗੱਲ ਹੋਰ ਦੱਸ ਦਿਓ ਮੈਨੂੰ ਵੀ ਥੋੜ੍ਹਾ ਜਿਹਾ, ਇਹ ਤੁਹਾਡੀ ਦੇਸ਼ ਭਗਤੀ ਦੇ ਰਿਲੇਟਡ ਹੀ ਮੈਂ ਪੁੱਛ ਰਿਹਾ ਹੈਗਾ, ਸਾਰੇ ਆਪਣੀ ਦੇਸ਼ ਭਗਤੀ ਦੇ ਰਿਲੇਟਡ, ਵੀ ਜਿਹੜਾ ਮੇਰੇ ਹੁਣ ਘਰ ਦੇ ਬਾਹਰ ਮੀਟਰ ਲੱਗਿਆ ਹੋਇਆ ਇਹ ਵੀ ਚੀਨ ਦਾ, ਵੀ ਹੁਣ ਕਿਵੇਂ ਕਰਾਂ ਇਹ, ਭਾਣਾ ਮੈਂ ਦੇਸ਼ ਭਗਤੀ ਨੂੰ ਅੱਖਾਂ ਕੱਢ ਰਿਹਾ ਵੀ ਹੁਣ ਦੇੜ ਕੇ ਡਾਇਰੈਕਟ ਕਰ ਦਈਏ ਮੋਦੀ ਜੀ, ਦੱਸ ਆਓ ਫਿਰ ਹੁਣ ਜਦੋਂ ਬਾਈਕਾਟ ਕਰਨਾ ਪੂਰੇ ਤੌਰ 'ਤੇ ਕਰੀਏ। ਬਾਕੀ ਮਿੱਤਰੋ ਅੱਜ ਸਟੋਰੀਆਂ ਦੇ ਤਾਂ ਤੁਹਾਨੂੰ ਹਨੇਰੀਆਂ ਠਾਲ ਦੇ, ਮੈਂ ਉੱਠਿਆ ਹੀ ਹੋਣਾ, ਮੈਂ ਉਹ ਡਰਿਆ ਬੈਠਾ ਸੀ ਉਹ ਚੱਕਰ 'ਚ। ਹੁਣ ਤੁਸੀਂ ਇੱਕ ਵਾਰੀ ਸੁਣੋ, ਗੁੱਡ ਮਾਰਨਿੰਗ ਆ ਬਾਈ ਜੇ, ਆ ਜਾਓ ਅੱਜ ਤਾਂ ਬਾਈ, ਫਾਈਨਲੀ ਸੂਰਜ ਗ੍ਰਹਿਣ ਇਜ਼ ਓਵਰ, 21 ਜੂਨ ਇਜ਼ ਆਲਸੋ ਓਵਰ। ਆਪਣੇ ਮਤਲਬ ਨਾ ਸਿਸਟਮ ਕੋਈ ਪਲੈਨ ਨਹੀਂ ਹੈਗਾ। ਹੁਣ ਮੈਂ ਅੱਜ ਸਵੇਰੇ ਚੈਨਲ ਵਾਲਿਆਂ ਨੂੰ ਬਾਅਦ ਵੀ ਮੈਂ ਫੋਨ ਲਾ ਕੇ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਜੇ ਦੁਨੀਆ ਖਤਮ ਹੋਣੀ ਸੀ ਕਮ ਸੇ ਕਮ 5-7 ਦਿਨ ਪਹਿਲਾਂ ਅਲਰਟ ਤਾਂ ਕਰੋ। ਮੈਂ ਕਿਹਾ ਜੀਓ ਵਾਲੇ 10 ਦਿਨ ਪਹਿਲਾਂ ਦੱਸਣ ਲੱਗ ਜਾਂਦੇ ਨੇ ਵੀ ਭਾਈ ਤੁਹਾਡਾ ਪੈਕ ਮੁੱਕਣ ਵਾਲਾ, ਵੀ ਤੁਸੀਂ ਦੁਨੀਆ ਖਤਮ ਹੋਣ ਦਾ ਇੱਕਦਮ। ਮੈਨੂੰ ਕਹਿੰਦੇ ਵੀ ਤੁਹਾਨੂੰ ਇਹਦੇ ਨਾਲ ਏਡੀ ਕੀ ਪ੍ਰੋਬਲਮ ਵੀ ਨਾਸਾ ਨੂੰ ਨਹੀਂ ਹੋਈ ਵੀ ਬਾਕੀ ਸਾਇੰਸ, ਮੈਂ ਕਿਹਾ ਜੀ ਨਾਸਾ ਉਹਨਾਂ ਦੇ ਅਲੱਗ ਖਰਚੇ ਨੇ, ਮੈਂ ਕਿਹਾ ਮੈਂ ਪੈਕ ਪਵਾ ਲਿਆ ਹੁਣ 3 ਮਹੀਨਾ, ਮੇਰਾ ਕੌਣ ਮੋੜੂ ਪੈਸੇ। ਮੈਂ ਕਿਹਾ 600 ਨਵੇਂ ਦਾ ਪੈਕ ਹੈ ਜੀ। ਮੈਡਮ ਅੱਗੇ ਵਿਕਰੇ ਕਹਿੰਦੇ ਤੁਸੀਂ ਐਡਰੈਸ ਦੱਸੋ, ਅਸੀਂ ਕਹਿੰਦੇ ਉੱਥੇ ਵੀ ਬੰਦੇ ਭੇਜ ਰਿਹਾ। ਮੈਂ ਕਿਹਾ ਮੈਨੂੰ ਇੰਨੀ ਸਰਵਿਸ ਨਹੀਂ ਚਾਹੀਦੀ, ਮੈਨੂੰ ਪੈਸੇ ਚਾਹੀਦੇ। ਕਹਿੰਦੇ ਬੰਦੇ ਉਵੇਂ ਨਹੀਂ, ਇਸ ਤਰ੍ਹਾਂ ਤੁਹਾਨੂੰ ਪੁਲਿਸ ਦੇ ਰਿਹਾ, ਉਹਨੇ ਚੱਕ ਕੇ ਕਹਿੰਦੇ ਖਟਾ ਦਿੰਦਾ ਢੂਆ ਵੀ ਬਾਹਲੀ ਕੁਰਕ ਲੜ ਗਿਆ, ਵਧੋ ਵੱਧ ਯਾਰ। ਮੈਂ ਇੱਕ ਮਿੱਤਰਾਂ ਤੁਹਾਨੂੰ ਗੱਲ ਹੋਰ ਦੱਸਣੀ ਸੀ, ਮੈਂ ਤਾਂ ਅੱਜ ਯੋਗ ਦਿਵਸ ਸੀਗਾ, ਯੋਗੇ 'ਤੇ ਵੀਡੀਓ ਤਾਂ ਮੈਂ ਬਣਾਈ ਹੋਈ ਆ। ਮੈਂ ਕਿਹਾ ਚੱਲ ਪਾ ਦਾਂਗੇ ਫਿਰ, ਕੱਲ੍ਹ ਨੂੰ ਪਾ ਦਾਂਗੇ, ਏਡਾ ਵੀ ਕੋਈ ਗੱਲ ਨਹੀਂ, ਰੋਜ਼ ਯੋਗਾ ਡੇ ਹੁੰਦਾ ਗਾ, ਜਦੋਂ ਸਾਰਿਆਂ ਨਾਲ ਭੈੜਾ ਯੋਗਾ ਉੱਥੇ ਕਰਦੇ ਨੇ ਆਪਣੇ ਮਤਲਬ ਲੈਟਰੀ ਵਾਲੀ ਸੀਟ 'ਤੇ, ਜਦੋਂ ਫੋਨ ਚੱਲਦਾ ਹੁੰਦਾ ਨਾਲ ਨਾ 3-4 ਆਸਣ ਨਾਲ ਹੀ ਹੋ ਜਾਂਦੇ ਨੇ, ਥੱਲੋਂ ਦੀ ਕਪਾਲ ਭਾਤੀ ਚੱਲੀ ਜਾਂਦੇ, ਉੱਪਰ ਦੀ ਅੱਖ ਭਾਤੀ, ਮਤਲਬ ਬਹੁਤ ਤਰ੍ਹਾਂ ਦੇ ਯੋਗ ਆਸਣ ਹੋ ਜਾਂਦੇ ਨੇ। ਤੁਸੀਂ ਵੀ ਬਾਕੀ ਇੱਕ ਗੱਲ ਵੀ, ਮੇਰਾ ਸਨੈਪਚੈਟ ਇੰਸਟਾਗ੍ਰਾਮ ਜੀ ਮਨਾਲੀ ਆ, ਇੰਸਟਾਗ੍ਰਾਮ ਗੁਰਦੀਪ ਮਨਾਲੀ ਆ, ਇਹ ਦੇਖਦੇ ਰਿਹਾ ਕਰੋ ਮਿੱਤਰੋ, ਤੁਹਾਡੀਆਂ ਅੱਖਾਂ ਲਈ ਇਹ ਵੀ ਸਰਵੋਤਮ ਯੋਗ ਹੈ। ਮਤਲਬ ਮੈਂ ਸੁਣਿਆ ਸੀਗਾ ਰਾਮਦੇਵ ਤੋਂ ਸਰਵੋਤਮ ਯੋਗ, ਉਹ ਕਹਿੰਦਾ ਮੇਰੇ ਵੱਲ ਦੇਖਦੇ ਰਿਹਾ ਕਰੋ, ਸਰਵੋਤਮ ਯੋਗ ਹੈ। ਮੈਂ ਕਿਹਾ ਯਾਰ ਗੁਰੂ, ਮਤਲਬ ਮੈਂ ਇੱਕ ਨਾ ਝੰਜਣ ਦੇ ਉਹ ਨਹੀਂ ਪਿਆ ਹੁੰਦਾ ਬਾਲਣ, ਮੈਂ ਕਿਹਾ ਉਹ ਕਦੇ ਕਦੇ ਮੈਨੂੰ ਮਤਲਬ ਮੈਨੂੰ ਐਂ ਲੱਗਦਾ ਵੀ ਦੁਨੀਆਂ ਦੇ ਸਭ ਤੋਂ ਜੇ
ਔਖਾ ਝਾਕਣਾ ਤਾਂ ਮੈਨੂੰ ਆ ਬਾਲਣ ਵੱਲ ਝਾਕਣ ਲੱਗਦਾ, ਸੜਕ ਬਾਲਣ ਨੀ ਖਿੰਡਿਆ ਜਾ ਪਿਆ ਹੁੰਦਾ ਮੈਂ ਯਾਰ। ਪਰ ਤੂੰ ਮੇਰਾ ਸਾਰਾ ਹੀ ਵਹਿਮ ਦੂਰ ਕਰਤਾ ਜਦੋਂ ਲੱਤ ਉੱਪਰ ਚੱਕਾ ਜਾ, ਉਹਨੂੰ ਤਾਂ ਮੈਂ ਇਹ ਸੁਣਾ ਦੀਆਂ ਸੀ। ਫਰੈਂਡ ਇੱਕ ਅੱਜ ਤੁਹਾਨੂੰ ਗੱਲ ਹੋਰ ਦਿੰਦੀ, ਵੈਸੇ ਮੈਂ ਇੰਸਟਾਗ੍ਰਾਮ 'ਤੇ ਲਾਈਵ ਆ ਰਿਹਾ, ਜੇ ਕੋਈ ਬੰਦੇ ਜਿਹੜੇ ਐਡ ਨੇ ਉੱਥੇ ਆ ਜਾਓ, ਚਾਰ ਗੱਲਾਂ ਬਾਤਾਂ ਵੀ ਕਰਾਂਗੇ, ਇੱਕ ਅਪਡੇਟ ਵੀ ਦੇਣੀ ਹੈ ਫੋਰ ਰਿਚ ਕਿਡ ਯੂਟਿਊਬ ਚੈਨਲ ਮੈਨ। ਇੱਕ ਐਜ਼ ਯੂ ਨੋ ਹਰ ਇੱਕ ਸੰਡੇ ਆਪਾਂ ਮਾਲੀ ਦੂਰ